ਹਾਂ ਜੀ, ਮੈਂ ਹਾਂ ਜਮਾਲ, ਤੁਸੀਂ ਦੇਖ ਰਹੇ ਬੀ ਸੀ ਡੀ ਪੰਜਾਬੀ। ਅਤੇ ਲਓ ਜੀ, ਅੱਜ ਦੀਆਂ ਖਾਸਾਂ ਖ਼ਬਰਾਂ ਦੇ ਨਾਲ ਹਾਜ਼ਰ ਹਾਂ ਅਤੇ ਸ਼ੁਰੂ ਕਰਦੇ ਹਾਂ ਅੱਜ ਦੇ ਲੰਬਾਰਦੀਆ ਤੋਂ। ਲੰਬਾਰਦੀਆ ਦੇ ਵਿੱਚ ਕੇਸਿਸ ਦੀ ਤਾਦਾਦ ਜਿਹੜੇ ਨਵੇਂ ਨੇ ਉਹ ਘੱਟ ਰਹੀ ਹੈ, ਲੇਕਿਨ ਲੰਬਾਰਦੀ ਦੇ ਵਿੱਚ ਜਿਹੜੀ ਅਮਵਾਤ ਦੀ ਤਾਦਾਦ ਹੈ ਉਹ 10,000 ਤੋਂ ਵੱਧ ਚੁੱਕੀ ਹੈ। ਅਤੇ ਇਸੇ ਤਰ੍ਹਾਂ ਕੇਸਿਸ ਜਿਹੜੇ ਨੇ ਇਹ ਅੱਜ ਦੇ ਕੇਸਿਸ ਕੱਲ੍ਹ ਦੇ ਮੁਕਾਬਲੇ ਜ਼ਿਆਦਾ ਸੀ ਔਰ ਪਰਸੋਂ ਦੇ ਮੁਕਾਬਲੇ ਹੋਰ ਜ਼ਿਆਦਾ ਸੀ। ਪਰਸੋਂ 3,000 ਕੇਸਿਸ, ਅੱਜ 4,500 ਕੇਸਿਸ ਨੇ। ਕੱਲ੍ਹ 3,836 ਕੇਸਿਸ ਸੀ, ਅੱਜ 4,200 ਤੱਕ ਕੇਸਿਸ ਨੇ ਪਲੱਸ। ਲੇਕਿਨ ਅੱਜ ਜਿਹੜੇ ਬੰਦਿਆਂ ਦੀ ਰਿਕਵਰੀ ਹੋਈ ਹੈ ਉਹ ਹੋਈ ਹੈ 1,615। ਕੱਲ੍ਹ ਦੇ ਮੁਕਾਬਲੇ ਥੋੜ੍ਹੇ ਘੱਟ ਨੇ, ਲੇਕਿਨ ਫਿਰ ਵੀ ਇਨਾਫ ਠੀਕ ਨੇ। 610 ਬੰਦੇ ਦੀਆਂ ਮੌਤ ਹੋਈਆਂ ਨੇ ਇਟਲੀ ਦੇ ਵਿੱਚ। ਅਤੇ ਕੇਸਿਸ ਜਿਹੜੇ ਨੇ ਇਤਨੀ ਜਲਦੀ ਤਾਂ ਨਹੀਂ ਕਹਿ ਸਕਦੇ ਠੀਕ ਹੋ ਰਹੇ, ਲੇਕਿਨ ਬਿਹਤਰੀ ਤਰਫ ਜਾ ਰਹੇ ਨੇ। ਔਰ ਪ੍ਰੈਜ਼ੀਡੈਂਟ ਕੌਂਤੇ ਨੇ ਕਿਹਾ ਕਿ ਉਹ ਫਾਜ਼ ਦੂਏ ਦੇ ਜਿਹੜਾ ਵੈ ਉਹ ਸਟਾਰਟ ਕਰਨਗੇ 3 ਮਈ 'ਤੇ, ਉਮੀਦ ਕੀਤੀ ਜਾਂਦੀ ਹੈ ਜੇ ਹਾਲਾਤ ਬਿਹਤਰੀ ਤਰਫ ਜਾਂਦੇ ਤਾਂ। ਅਤੇ ਫਾਜ਼ ਦੂਏ ਤੋਂ ਪਹਿਲੇ ਜਿਹੜਾ 13 ਤਰੀਕ, ਜਿਹੜਾ 13 ਅਪ੍ਰੈਲ ਨੂੰ ਸਾਰਾ ਓਪਨਿੰਗ ਹੋਣੀ ਹੈ, ਉਹ ਹੋਵੇਗੀ ਖਾਸ ਕਰਕੇ ਐਗਰੀਕਲਚਰ ਦੇ ਕੰਮ ਲਈ ਔਰ ਏਜੰਡਾ ਜਿਹੜੇ ਨੇ ਛੋਟੇ ਔਰ ਵੱਡੇ ਜਿਹੜੇ ਖਾਸ ਤੌਰ 'ਤੇ ਏਜੰਡਾ ਨੇ ਉਹਨਾਂ ਦੇ ਲਈ, ਔਰ ਇਹਦੇ ਤੋਂ ਇਲਾਵਾ ਫਾਰਮੇਸੀ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਓਪਨ ਰਹਿਣਗੀਆਂ 13 ਅਪ੍ਰੈਲ ਤੋਂ ਬਾਅਦ। ਅਤੇ ਪ੍ਰੈਜ਼ੀਡੈਂਟ ਕੌਂਤੇ ਨੇ ਸ਼ਦੀਦ ਮਾਯੂਸੀ ਦਾ ਇਜ਼ਹਾਰ ਕੀਤਾ ਹੈ ਯੂਰਪੀਅਨ ਯੂਨੀਅਨ ਦੇ ਉੱਤੇ ਵੀ, ਕਿਉਂਕਿ ਐਵਰੋ ਬੋਂਡ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਮੁਖਾਲਫਤ ਚੱਲ ਰਹੀ ਹੈ ਮੁਸਲਸਲ, ਖਾਸ ਕਰ ਜਰਮਨੀ ਤਰਫੋਂ ਔਰ ਇਸ ਨੂੰ ਜਿਹੜੇ ਸਪੋਰਟ ਕਰਨ ਵਾਲੇ ਫੀਡਲੈਂਡ ਵਗੈਰਾ ਇਸ ਤਰ੍ਹਾਂ ਦੀ ਕੰਟਰੀਆਂ ਤਰਫੋਂ, ਤਾਂ ਇਹਨਾਂ ਨੇ ਮਾਯੂਸੀ ਦਾ ਇਜ਼ਹਾਰ ਕੀਤਾ ਹੈ। ਔਰ ਇਹਨਾਂ ਨੇ ਕਿਹਾ, ਪ੍ਰੈਜ਼ੀਡੈਂਟ ਕੌਂਤੇ ਨੇ ਕਿਹਾ, ਇਹ ਵਕਤ ਸੀ ਕਿ ਤੁਸੀਂ ਸਾਡਾ ਸਾਥ ਦਿਓ ਔਰ ਅਸੀਂ ਮਿਲ ਜੁਲ ਕੇ ਚੱਲੀਏ, ਯਾਨੀ ਕਿ ਇਹਦੇ ਕੰਸੀਕੁਐਂਸ ਜਿਹੜੇ ਖਰਾਬ ਹੋ ਸਕਦੇ ਹਨ ਜੇ ਅਸੀਂ ਇੱਕ ਦੂਜੇ ਤੋਂ ਨਿਖੜਨ ਲੱਗ ਪਵਾਂਗੇ ਤਾਂ, ਦੂਰ ਹੋਣ ਲੱਗ ਪਵਾਂਗੇ ਤਾਂ। ਅਤੇ ਜਿਹੜਾ 4 ਮਿਲੀਅਨ ਦੀ ਇਮਦਾਦ ਦਿੱਤੀ ਗਈ ਸੀ ਲਿਕਵਿਡੀਤਾ ਦੇ ਲਈ, ਜਿਹੜਾ ਲੋਨਸ ਵਗੈਰਾ ਦੇ ਲਈ, ਜਿਹੜੇ ਅਲਾਊਂਸ ਵਗੈਰਾ ਦੇ ਲਈ, ਪਲੱਸ ਜਿਹੜੀਆਂ ਕਿ ਏਜੰਡਾ ਵਗੈਰਾ ਨੇ ਜਿਹੜੀਆਂ ਉਹਨਾਂ ਦੇ ਲਈ, ਉਹਨੂੰ ਜਲਦ ਤੋਂ ਜਲਦ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਸਿੰਧਾ ਕੁਬਾਰੀ ਜਿਹੜਾ ਉਹਨਾਂ ਨੇ ਕਿਹਾ ਕਿ ਡਿਫੀਕਲਟ ਹੈ ਇਸ ਸਿਚੁਏਸ਼ਨ ਦੇ ਵਿੱਚ ਫੇਸ ਤਾਂ ਬਣਾਉਣਾ ਔਰ ਡਿਫੀਕਲਟ ਹੈ ਇਸ ਫੇਸ ਨੂੰ ਉਸ ਤਰੀਕੇ ਨਾਲ ਇੰਜੋਏ ਕਰਨਾ ਜਿਵੇਂ ਕਿ ਨੋਰਮਲੀ ਅਸੀਂ ਕਰਦੇ ਹੁੰਦੇ ਹਾਂ। ਇਸ ਮੁਨਾਸਬ ਇਹ ਹੈ ਕਿ ਫਿਲਹਾਲ ਜਿਹੜੀ ਇੰਸਟਰਕਸ਼ਨ ਗੌਰਮੈਂਟ ਦੀ ਤਰਫੋਂ ਆਉਂਦੀਆਂ ਉਹਨਾਂ ਨੂੰ ਤੁਸੀਂ ਫਾਲੋ ਕਰੀਏ ਔਰ ਘਰ ਰਹਿਣ ਦਾ ਉਹਨਾਂ ਨੇ ਵੀ ਸਲਾਹ ਦਿੱਤੀ ਹੈ। ਗਵਰਨਰ ਜਿਹੜਾ ਸ਼ੀਸ਼ ਲਿਆਦੇ ਨੇ ਉਹਨਾਂ ਨੇ ਲਾਗੂ ਕੀਤਾ ਸਿਰਫ ਇੱਕ ਫੈਮਿਲੀ ਦੇ ਮੈਂਬਰ ਜਿਹੜਾ ਸ਼ੀਸ਼ਲੀਆ ਦੇ ਜਿਹੜੇ ਜਿਹੜੇ ਰਹਿੰਦੇ ਨੇ ਉਹਨਾਂ ਨੇ ਕਿਹਾ ਕਿ ਇੱਕ ਜਿਹੜਾ ਫੈਮਿਲੀ ਦਾ ਮੈਂਬਰ ਹੈ ਇੱਕ ਫੈਮਿਲੀ ਦਾ, ਉਹ ਇੱਕ ਵਾਰੀ ਦਿਨ ਵਿੱਚ ਸਿਰਫ ਘਰ ਤੋਂ ਬਾਹਰ ਨਿਕਲ ਸਕਦਾ ਹੈ, ਯਾਨੀ ਕਿ ਦੂਸਰੀ ਵਾਰੀ ਫੜਿਆ ਗਿਆ ਤਾਂ ਉਹਦੇ ਨਾਲ ਵੀ ਸਖਤ ਤਰੀਕੇ ਨਾਲ ਨਿਪਟਿਆ ਜਾਏਗਾ। ਅਤੇ ਹੁਣ ਅਸੀਂ ਗੱਲ ਕਰਾਂਗੇ ਕਿ ਅਮੈਰੀਕਾ ਦੇ ਵਿੱਚ 3 ਹਫ਼ਤਿਆਂ ਦੇ ਵਿੱਚ ਪਿਛਲਿਆਂ ਵਿੱਚ 160 ਲੱਖ ਦੀ ਅਨਇੰਪਲੋਇਮੈਂਟ ਜਿਹੜੀ ਹੋ ਚੁੱਕੀ ਹੈ ਔਰ UK ਦੀ ਜਿਹੜੀ ਇਮਦਾਦੀ ਅਦਾਰਾ ਓਕਸਫੋਰਮ ਹੈ ਉਹਨਾਂ ਨੇ ਰਿਪੋਰਟ ਦਿੱਤੀ ਹੈ ਕਿ ਕਹਿੰਦੇ ਮਜੀਦ 50 ਕਰੋੜ ਜਿਹੜਾ ਬੰਦਾ ਉਹ ਫਿਲਹਾਲ ਅਨਇੰਪਲੋਇਮੈਂਟ ਤੋਂ ਨੂੰ ਚੱਲੇਗਾ, ਯਾਨੀ ਕਿ ਕੰਮਾਂ ਤੋਂ ਫਾਰਗ ਹੋ ਜਾਣਗੇ ਔਰ ਪਲੱਸ ਇਹ ਅਗਲੇ ਕੁਛ ਹਫ਼ਤਿਆਂ ਜਾਂ ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਦੁਨੀਆ ਦੀ ਆਬਾਦੀ ਹੈ 7 ਖਰਬ ਤਕਰੀਬਨ, ਦੁਨੀਆ ਦੀ ਅੱਧੀ ਆਬਾਦੀ ਜਿਹੜੀ ਹੈ ਕੰਮ ਤੋਂ ਬਗੈਰ ਹੋ ਜਾਏਗੀ ਔਰ ਕੰਮ ਤੋਂ ਫਾਰਗ ਹੋ ਜਾਏਗੀ। ਅਤੇ ਉਹਨਾਂ ਨੇ ਕਿਹਾ ਕਿ ਗਰੀਬ ਮੁਲਕਾਂ ਨੇ, ਓਕਸਫੋਰਮ ਨੇ ਕਿਹਾ ਕਿ ਗਰੀਬ ਮੁਲਕਾਂ ਨੂੰ 1 ਖਰਬ ਦੀ ਇਮਦਾਦ ਦਿੱਤੀ ਜਾਏ ਔਰ ਪਲੱਸ ਜਿਨ੍ਹਾਂ ਨੇ ਕਰਜ਼ੇ ਵਗੈਰਾ ਲਏ ਹਨ ਗਰੀਬ ਮੁਲਕਾਂ ਨੇ ਉਹਨਾਂ ਦਾ 1 ਖਰਬ ਤੱਕ ਕਰਜ਼ ਜਿਹੜਾ ਡਾਲਰਸ ਦਾ ਉਹ ਮਾਫ਼ ਕੀਤਾ ਜਾਏ, ਯਾਨੀ ਕਿ 2 ਖਰਬ ਦੀ ਇਮਦਾਦ ਹੋ ਗਈ ਨਾ, 1 ਖਰਬ ਦਾ ਕਰਜ਼ ਮਾਫ਼ ਹੋ ਰਿਹਾ, 1 ਖਰਬ ਦੀ ਇਮਦਾਦ ਦਿੱਤੀ ਜਾਏ। ਅਤੇ ਸਾਊਦੀ ਅਰਬ ਦੇ ਵਿੱਚ ਵੀ ਹੈਲਥ ਮਿਨਿਸਟਰ ਨੇ ਉਹਨਾਂ ਨੇ ਕਿਹਾ ਕਿ ਸਾਡੇ ਇੱਥੇ 2 ਲੱਖ ਬੰਦਾ ਜਿਹੜਾ ਕਿ ਉਹ ਬਿਮਾਰ, ਯਾਨੀ ਕਿ ਇਸ ਬਿਮਾਰੀ ਤੋਂ ਇਨਫੈਕਟਿਡ ਹੋਣ ਦੇ ਚਾਂਸਿਸ ਨੇ ਔਰ ਇਹਦੇ ਵਿੱਚ ਖਾਸ ਤੌਰ 'ਤੇ ਹੱਜ ਵਗੈਰਾ ਦੇ ਵੀ ਅਸਰ ਪੈ ਸਕਦਾ ਜੇ ਇਹ ਤਾਦਾਦ ਅਤੇ ਸਾਊਦੀ ਅਰਬ ਦੀ ਵੀ ਇਸ ਤਰ੍ਹਾਂ ਹੀ ਵਧਦੀ ਰਹੀ ਤਾਂ। ਅਤੇ ਲਓ ਜੀ, ਇਹ ਸੀ ਅੱਜ ਦੀਆਂ ਖਾਸ ਖਾਸ ਖ਼ਬਰਾਂ।